ਤਾਂ ਦੇਖੋ ਦੋਸਤੋ, ETT 98 ਦੀ ਖਬਰ ਦੇ ਬਾਰੇ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ। ਤਾਂ ETT ਕਾਡਰ ਦੇ ਵਿੱਚ ਤਾਂ ਅਗਲੀ ਮਤਲਬ ਕਿ ਕੁਝ ਅਜਿਹੇ ਸੀਗੇ ਜੋ ਵਿਦਿਆਰਥੀਆਂ ਦੀ ਮਿਹਨਤ ਦਾ, ਬੱਚਿਆਂ ਦੀ ਮਿਹਨਤ ਦਾ ਫਲ ਪੈਸੇ ਨਾਲ ਖਰੀਦਣਾ ਚਾਹੁੰਦੇ ਸੀਗੇ, ਪਰ ਉਹਨਾਂ ਨੂੰ ਨਹੀਂ ਮਿਲ ਸਕਿਆ। ਅਤੇ ਦੋਸਤੋ, ਮੇਰਾ ਇਹ ਮੰਨਣਾ ਹੈ ਕਿ ਅਜਿਹਾ ਕਰਨ ਵਾਲਿਆਂ ਦੀ ਹਮੇਸ਼ਾ ਲਈ ਕਿਸੇ ਵੀ ਨੌਕਰੀ ਵਿੱਚ ਮਾਨਤਾ ਰੱਦ ਕਰ ਦੇਣੀ ਚਾਹੀਦੀ, ਮਤਲਬ ਕਿ ਉਹ ਬਾਅਦ ਵਿੱਚ ਕਲਰਕ ਪੀਅਨ ਛੱਡੋ, ਉਹ ਸਫਾਈ ਸੇਵਕ ਵੀ ਕਿਸੇ ਵੀ ਵਿਭਾਗ ਦੇ ਵਿੱਚ ਨਾ ਲੱਗ ਸਕੇ, ਠੀਕ ਹੈ। ਅਤੇ ਅਜਿਹਾ ਦੋ ਜਣਿਆਂ ਨਾਲ ਕਰਨਾ ਚਾਹੀਦਾ, ਇੱਕ ਜਿਹਨੇ ਉਸਦਾ ਪੇਪਰ ਦੇਣ ਦੀ ਕੋਸ਼ਿਸ਼ ਕੀਤੀ, ਦੂਸਰਾ ਜਿਹਨੇ ਪੇਪਰ ਆਪਣਾ ਦੇਣ ਦੇ ਲਈ ਕਿਸੇ ਹੋਰ ਬੰਦੇ ਨੂੰ ਖਰੀਦਿਆ। ਇਹ ਦੋ ਜਣਿਆਂ ਦੀ ਮਾਨਤਾ ਹਮੇਸ਼ਾ ਦੇ ਲਈ ਰੱਦ ਕਰ ਦੇਣੀ ਚਾਹੀਦੀ। ਇਹਦੇ ਵਿੱਚ ਤੁਹਾਡਾ ਕੀ ਵਿਚਾਰ ਹੈ ਜ਼ਰੂਰ ਦੱਸਣਾ, ਕਿਉਂਕਿ ਦੋਸਤੋ ਅਜਿਹੇ ਦੇ ਵਿੱਚ ਕੁਝ ਬੱਚੇ, ਮਿਹਨਤੀ ਬੱਚੇ ਰਹਿ ਜਾਂਦੇ ਨੇ ਪਿੱਛੇ। ਤਾਂ ਚਲੋ ਦੋਸਤੋ, ਤੁਹਾਨੂੰ ਪੂਰੀ ਖਬਰ ਬਾਰੇ ਵੀ ਦੱਸਦੇ ਹਾਂ। ਤਾਂ ਦੋਸਤੋ, ਜੇਕਰ ਤੁਸੀਂ ਚੈਨਲ 'ਤੇ ਅੱਜ ਪਹਿਲੀ ਵਾਰੀ ਆਏ ਹੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਦੋਸਤੋ ਦੇਖੋ, ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵਿੱਚ ETT ਕਾਡਰ ਦੀਆਂ 5,994 ਅਸਾਮੀਆਂ ਲਈ ਪ੍ਰੀਖਿਆ ਭਰਤੀ ਵਿੱਚ ਅੱਜ 16,205 ਪ੍ਰੀਖਿਆਰਥੀਆਂ ਨੇ ਭਾਗ ਲਿਆ ਸੀ। 100 ਅੰਕਾਂ ਦੀ ਇਹ ਉਮੀਦਵਾਰ ਭਾਸ਼ਾਈ ਗਿਆਨ ਨੂੰ ਪਰਖਣ ਲਈ ਕੀਤਾ ਗਿਆ ਸੀ। ਇਸ ਵਿੱਚ ਗੁਰਬਾਣੀ ਨਾਲ ਸੰਬੰਧਿਤ ਪ੍ਰਸ਼ਨਾਂ ਤੋਂ ਇਲਾਵਾ ਵਿਆਕਰਨ, ਵਾਰਤਕ, ਪੁਸਤਕ, ਗਿਆਨ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਗਏ ਸਨ। ਵੇਰਵੇ ਅਨੁਸਾਰ ਮੇਕ ਉਮੀਦਵਾਰ ਨੂੰ ਇਸ ਪ੍ਰੀਖਿਆ ਵਿੱਚੋਂ ਪਾਸ ਹੋਣ ਲਈ ਸਿਰਫ 50 ਅੰਕ ਲੈਣੇ ਲਾਜ਼ਮੀ ਸਨ। ਇਹਨਾਂ ਉਮੀਦਵਾਰਾਂ ਲਈ ਮੋਹਾਲੀ ਅਤੇ ਚੰਡੀਗੜ੍ਹ ਦੇ ਕੁੱਲ 56 ਸੈਂਟਰ ਬਣਾਏ ਗਏ ਸਨ। ਇਹਨਾਂ ਵਿੱਚ ਸੰਬੰਧਿਤ ਜਾਣਕਾਰੀ ਦਿੰਦੇ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ 6,94 ETT ਪ੍ਰੀਖਿਆ ਲਈ ਕੁੱਲ 19,632 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ, ਅਤੇ ਜਿਨ੍ਹਾਂ ਵਿੱਚੋਂ ਸਿਰਫ 16,205 ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਹਦੇ ਵਿੱਚ ਦੋਸਤੋ, ਤਾਂ ਦੋਸਤੋ ਉੱਥੇ ਹੀ ਦੋ ਜਣੇ ਕਾਬੂ ਕੀਤੇ ਗਏ ਨੇ ਜਿਹੜਾ ਕਿ ਕਿਸੇ ਹੋਰ ਦਾ ਪੇਪਰ ਦੇਣ ਲਈ ਉੱਥੇ ਆਏ ਸਨ। ਤਾਂ ਦੋਸਤੋ, ਅਜਿਹਾ ਤੁਸੀਂ ਵੀ ਧਿਆਨ ਜ਼ਰੂਰ ਰੱਖਿਆ ਕਰੋ ਵੀ ਤੁਹਾਡੇ ਆਸ ਪਾਸ ਜੇਕਰ ਤੁਹਾਨੂੰ ਕੋਈ ਲੱਗਦਾ ਹੈ ਕਿ ਕਿਸੇ ਹੋਰ ਦਾ ਪੇਪਰ ਦੇਣ ਆਇਆ ਰੋਲ ਨੰਬਰ ਵਗੈਰਾ ਦੇਖ ਕੇ, ਤਾਂ ਜ਼ਰੂਰ ਉਹਦੀ ਇਤਲਾਹ ਕਰ ਦਿਆ ਕਰੋ। ਕਿਉਂਕਿ ਦੋਸਤੋ ਦੇਖੋ, ਜੇਕਰ ਆਪਾਂ ਅਜਿਹਾ ਨਹੀਂ ਕਰਦੇ ਤਾਂ ਆਪਾਂ ਆਪਣੇ ਹੀ ਭਵਿੱਖ ਦੇ ਵਿੱਚ ਕੰਡੇ ਬੀਜ ਰਹੇ ਹੁੰਦੇ ਹਾਂ। ਕਿਉਂਕਿ ਦੇਖੋ, ਹੋ ਸਕਦਾ ਕਿ ਉਹ ਜੇਕਰ ਇੱਥੋਂ ਪਾਸ ਹੋ ਗਿਆ ਪੈਸੇ ਦੇ ਕੇ, ਤਾਂ ਉਹ ਅੱਗੇ ਜਾ ਕੇ ਹੋਰ ਵੀ ਕੋਈ ਹਿੱਲਾ ਵਰਤ ਲੈਣਗੇ, ਕਿਉਂਕਿ ਅਜਿਹੇ ਲੋਕਾਂ ਕੋਲ ਬਹੁਤ ਜ਼ਿਆਦਾ ਸਾਧਨ ਹੁੰਦੇ ਨੇ ਪੈਸਿਆਂ ਦੇ ਨਾਲ ਭਰੇ ਹੋਏ। ਆਪਣਾ ਇੱਕੋ ਹੀ ਰਾਹ ਹੁੰਦਾ, ਮਿਹਨਤ, ਠੀਕ ਹੈ ਜੀ। ਸੋ ਇੱਦਾਂ ਦੀਆਂ ਖਬਰਾਂ ਵੈਸੇ ਤਾਂ ਨੈਗਟਿਵਿਟੀ ਫੈਲਾਉਂਦੀਆਂ ਨੇ, ਪਰ ਤੁਸੀਂ ਨੈਗਟਿਵ ਨਹੀਂ ਹੋਣਾ। ਫਿਲਹਾਲ ਇਹ ਦੋ ਕੈਂਡੀਡੇਟ ਫੜੇ ਗਏ ਨੇ ਅਤੇ ਇਹਨਾਂ 'ਤੇ ਅਗਲੀ ਅਰਲੀ ਕਾਰਵਾਈ ਕੀਤੀ ਜਾ ਰਹੀ ਹੈ। ਧੰਨਵਾਦ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਦੇ ਲਈ।